ਅਕਾਲੀ ਦਲ 1920 'ਚ ਬਣਿਆ ਸੀ ਔਰ ਬੜਾ ਇਹਦਾ ਸੁਨਹਿਰੀ ਇਤਿਹਾਸ ਹੈ ਗੁਰਦੁਆਰਾ ਸੁਧਾਰ ਮੂਵਮੈਂਟ ਵਾਸਤੇ ਔਰ ਆਜ਼ਾਦੀ ਦੀ ਲਹਿਰ ਦੇ ਵਿੱਚ ਇਹਦਾ ਯੋਗਦਾਨ ਬਹੁਤ ਖਿਰਾ ਦਾ ਯੋਗ ਰਿਹਾ ਸਾਨੂੰ ਉਸ 'ਤੇ ਫਖਰ ਹੈ ਪਰ 1954 ਦੇ ਬਾਅਦ ਇਹ ਜ਼ਮੀਨਦਾਰਾਂ ਔਰ ਮੌਕਾ ਪ੍ਰਸਤਾਂ ਦੇ ਹੱਥ 'ਤੇ ਚੜ੍ਹ ਗਿਆ ਹਾਲਾਂਕਿ 26 ਜਨਵਰੀ 1950 ਨੂੰ ਸੰਵਿਧਾਨ ਸਾਡੋ ਲਾਗੂ ਹੋ ਗਿਆ ਔਰ ਸਾਡਾ ਦੇਸ਼ ਸੈਕੂਲਰ ਬਣ ਗਿਆ ਕੋਈ ਵੀ ਪਾਰਟੀ ਕਿਸੇ ਧਰਮ ਦੇ ਨਾਂ 'ਤੇ ਇਲੈਕਸ਼ਨ ਨਹੀਂ ਸੀ ਲੜਨੀ ਚਾਹੀਦੀ ਪਰ ਇਹ ਪਾਰਟੀ MLA MP ਖੜ੍ਹੇ ਕਰਦੀ ਰਹੀ ਔਰ ਹਕੂਮਤਾਂ ਵੀ ਬਣਾਈਆਂ ਪਰ ਉਹ ਸਾਰਾ ਹੀ ਫਰੋਡ ਸੀ ਅੱਜ ਅਸੀਂ ਇੱਥੇ ਇਹੀ ਦੱਸਣ ਲਈ ਇਕੱਠੇ ਹੋਏ ਆ ਕਿ ਸ਼੍ਰੋਮਣੀ ਅਕਾਲੀ ਦਲ ਫਰਾਡ ਪਾਰਟੀ ਕਿਉਂ ਆ ਇਹਨਾਂ ਦੇ ਸਾਰੇ ਵਰਕਿੰਗ ਕਮੇਟੀ ਦੇ ਮੈਂਬਰਾਂ ਵਿੱਚੋਂ ਇੱਕ ਆਦਮੀ ਕਿਰਤ ਕਰਕੇ ਰੋਟੀ ਖਾਂਦਾ ਹੋਵੇ ਅਤੇ ਉਹ ਲੱਭਣਾ ਮੁਸ਼ਕਲ ਹੋ ਜਾਏਗਾ ਕਿਉਂ ਜੋ ਕੋਈ MLA 2 ਵਾਰੀ ਬਣ ਗਿਆ 4 ਵਾਰ 2-2, 2.5-2.5 ਰੱਖਦੀਆਂ ਪੈਨਸ਼ਨਾਂ ਲੈਂਦੇ ਆ ਔਰ ਜਗੀਰਦਾਰ 8-8, 10-10 ਉਹਨਾਂ ਦੇ ਟਿਊਬਵੈੱਲ ਹੈ ਉਹ ਸਰਕਾਰ ਦੀ ਸਬਸਿਡੀ ਦੇ ਨਾਲ ਲੁੱਟਣ ਡਾਏ ਹੋਏ ਲੁਟੇਰੇ ਆ ਇਹਨਾਂ ਨੂੰ ਲੀਡਰ ਜਾਂ ਮੈਂ ਕਹਿ ਸਕਦਾ ਲੁਟੇਰਿਆਂ ਦਾ ਗਰੋਹ ਆ ਸ਼੍ਰੋਮਣੀ ਫਰਾਡ ਦਲ ਇਸ ਕਰਕੇ ਇਹਨੂੰ ਕਿਹਾ ਔਰ ਉਹ ਅਸਲੀ ਵਿਧਾਨ ਜਿਹੜਾ ਇਹਨਾਂ ਨੇ ਖਤਮ ਕਰ ਦਿੱਤਾ ਸ਼੍ਰੋਮਣੀ ਫਰਾਡ ਦਲ ਦੇ ਨੇਤਾਵਾਂ ਜਿਨ੍ਹਾਂ ਦੇ ਵਿੱਚ ਪ੍ਰਮੁੱਖ ਸਾਬਕਾ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਔਰ ਉਹਨਾਂ ਦਾ ਲੜਕਾ ਸੁਖਬੀਰ ਸਿੰਘ ਬਾਦਲ ਔਰ ਜਿਹੜਾ ਗਰੋਹ ਦੇ ਹੋਰ ਮੈਂਬਰ ਸੀ ਇਹਨਾਂ ਨੇ ਸਾਜਿਸ਼ ਕਰਕੇ ਜਦੋਂ 1999 ਵਿੱਚ ਇੰਡੀਅਨ ਰਿਪ੍ਰੈਜੈਂਟੇਸ਼ਨ ਪੀਪਲ ਐਕਟ ਦੇ ਤਹਿਤ ਉਹ ਜਿਹੜਾ 89 ਦੇ ਵਿੱਚ ਭਾਰਤ ਦੇ ਚੋਣ ਕਮਿਸ਼ਨ ਨੇ ਸਾਰੀਆਂ ਪਾਰਟੀਆਂ ਦੇ ਨੂੰ ਕਿਹਾ ਵੀ ਐਫੀਡੈਵਿਟ ਦਿਓ ਹਲਫਨਾਮਾ ਦਿਓ ਕਿ ਹੁਣ ਅਸੀਂ ਜਿਹੜੇ ਹੈਗੇ ਆ ਸੈਕੂਲਰ ਹੈਗੇ ਆ ਮੁਸਲਿਮ ਲੀਗ ਹਿੰਦੂ ਸਭਾ ਜਨਸੰਘ ਵਾਲੇ ਜਾਂ ਅਕਾਲੀ ਦਲ ਵਾਲੇ ਇੱਦਾਂ ਦੀਆਂ 10-15 ਪਾਰਟੀਆਂ ਸੀ ਮਨਜੀਤ ਸਿੰਘ ਕਲਕੱਤਾ ਨੇ ਜਿਹੜਾ ਹਲਫਨਾਮਾ ਦਿੱਤਾ ਉਹ ਸਾਰੇ ਦਾ ਸਾਰਾ 100% ਹੀ ਝੂਠਾ ਸਾਡੇ ਕੋਲ ਰਿਕਾਰਡ ਆ ਤੁਹਾਨੂੰ ਦਿਖਾਵਾਂਗੇ ਹੁਣੇ ਔਰ ਉਸ ਰਿਕਾਰਡ ਦੇ ਵਿੱਚ ਇਹਨਾਂ ਨੇ ਜੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਦੇ ਵਿੱਚ ਤਬਦੀਲੀ ਕਰਨੀ ਹੋਵੇ ਇੱਕ ਲਾਈਨ ਬਦਲਣੀ ਹੋਵੇ ਇੱਕ ਪਹਿਰਾ ਬਦਲਣਾ ਹੋਵੇ ਤਾਂ ਉਹ ਜਨਰਲ ਹਾਊਸ ਦੇ ਵਿੱਚ 2/3 ਹਾਜ਼ਰੀ ਵਿੱਚ ਹੀ ਉਹਦੇ ਵਿੱਚ ਤਬਦੀਲੀ ਹੋ ਸਕਦੀ ਆ ਇਹਨਾਂ ਨੇ ਜਨਰਲ ਅਜਲਾਸ ਬੁਲਾਏ ਬਿਨਾਂ ਉਹ ਤਬਦੀਲੀ ਕਰਕੇ ਇਲੈਕਸ਼ਨ ਕਮਿਸ਼ਨ ਨੂੰ ਭੇਜੀ ਅਤੇ ਰਜਿਸਟਰੇਸ਼ਨ ਲੈ ਲਈ ਔਰ ਅਸੀਂ ਉਹ ਚੈਲੰਜ ਕੀਤੀ ਆ ਔਰ ਸਾਨੂੰ ਆਸ ਹੈ ਕਿ ਸੱਚਾਈ ਪ੍ਰਗਟ ਹੋਊਗੀ ਔਰ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਖਤਮ ਹੋਏਗੀ ਦੂਜੀ ਗੱਲ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗੀ ਕਿ 1994 ਵਿੱਚ ਨਹੀਂ ਮੋਗਾ ਕਾਨਫਰੰਸ ਦੇ ਵਿੱਚ ਕਿਹਾ ਅਸੀਂ ਇਹ ਸਿੱਖਾਂ ਦੀ ਪਾਰਟੀ ਨਹੀਂ ਪੰਜਾਬੀਆਂ ਦੀ ਪਾਰਟੀ ਬਣ ਗਈ 1996 ਵਿੱਚ ਬਰਨਾਲਾ ਗਰੁੱਪ ਅਤੇ ਬਾਦਲ ਗਰੁੱਪ ਦਾ ਜਿਹੜਾ ਮਰਜਰ ਹੋਇਆ ਉਹ ਵੀ ਫਰੋਡ ਸੀ ਇਹ ਸ਼੍ਰੋਮਣੀ ਅਕਾਲੀ ਦਲ ਦੇ 1974 ਦੇ ਵਿਧਾਨ ਦਾ ਪਹਿਲਾ ਸਫ਼ਾ ਆ ਜਿਹੜਾ ਕਿ ਜਿਹਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਦੇ ਦਸਖਤ ਆ ਔਰ 2003 ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਗੁਰਦੁਆਰਾ ਚੋਣ ਕਮਿਸ਼ਨ ਨੂੰ ਇਹ ਭੇਜਿਆ ਸੀ 89 ਦੇ ਵਿੱਚ ਇਹ ਕਹਿੰਦਾ ਅਸੀਂ ਵਿਧਾਨ ਦੇ ਵਿੱਚ ਤਬਦੀਲੀ ਕਰ ਲਈ ਆ ਲੇਕਿਨ ਇਹਦੇ ਉਸ ਵੇਲੇ ਇਹ ਝੂਠਾ ਸੀ ਔਰ ਕੋਈ ਤਬਦੀਲੀ ਨਹੀਂ ਸੀ ਕੀਤੀ ਬੜੇ ਤੁਹਾਨੂੰ ਅਪਾਰਟਮੈਂਟ ਡਾਕੂਮੈਂਟ ਦਿਖਾਵਾਂਗੇ ਜਿਨ੍ਹਾਂ ਤੋਂ ਪਤਾ ਲੱਗੇਗਾ ਬਈ ਇਸ ਪਾਰਟੀ ਕਿਹਦੇ ਕਿਹਦੇ ਨਾਲ ਫਰੋਡ ਕੀਤਾ ਮੈਂ ਆਪਣੇ ਮੈਂਬਰਾਂ ਨਾਲ ਵੀ ਫਰੋਡ ਕੀਤਾ ਲੋਕਾਂ ਨਾਲ ਵੀ ਫਰੋਡ ਕੀਤਾ ਸੰਵਿਧਾਨ ਨਾਲ ਵੀ ਫਰੋਡ ਕੀਤਾ ਔਰ ਇਸ ਤਰੀਕੇ ਦੇ ਨਾਲ
ਇਹ ਤੁਹਾਡੇ ਨੌਲੇਜ ਵਿੱਚ ਹੋਣਾ ਚਾਹੀਦਾ ਕਿ ਜੋਗਿੰਦਰ ਸਿੰਘ ਬੈਦਾਂਤੀ ਨੇ 1998 ਵਿੱਚ ਜਿਹੜੇ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੀ ਉਹਨਾਂ ਨੇ ਹਦਾਇਤ ਕੀਤੀ ਸੀ ਵੀ ਆਪਣੇ ਪਾਰਟੀ ਦੇ ਨਾਂ ਵਿੱਚੋਂ ਅਕਾਲੀ ਸ਼ਬਦ ਕੱਢ ਦਿਓ। ਬਾਕੀਆਂ ਨੂੰ ਤਾਂ ਕਹਿੰਦੇ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਰਮੌਰ ਆ, ਉਹਦਾ ਕਿਹੜਾ ਮੰਨਣਾ ਚਾਹੀਦਾ। ਪ੍ਰਕਾਸ਼ ਸਿੰਘ ਬਾਦਲ ਔਰ ਇਹਦੇ ਅਕਾਲੀ ਦਲ ਨੇ ਅੱਜ ਤੱਕ ਉਸ ਗੱਲ ਦਾ ਕੋਈ ਮੁੱਲ ਨਹੀਂ ਪਾਇਆ। ਆਪਣਾ ਨਾਂ ਜਿਹੜਾ ਅਕਾਲੀ ਦਲ ਦੇ ਵਿੱਚ ਹਲਿਆ ਕਿ ਉਹ ਅਕਾਲੀ ਦਾ ਜਿਹੜਾ ਡਿਕਸ਼ਨਰੀ ਮਤਲਬ ਹੈ ਉਹ ਅੰਮ੍ਰਿਤਧਾਰੀ ਸਿੱਖ ਆ। ਇਹਦੇ ਵਿੱਚ ਹੁਣ ਮੁਸਲਮਾਨ, ਈਸਾਈ, ਹਿੰਦੂ, ਮੋਨਾ ਕੋਈ ਵੀ ਮੈਂਬਰ ਹੋ ਸਕਦਾ। ਇਸ ਕਰਕੇ ਉਹਦੇ ਨਾਂ ਵਿੱਚ ਅਕਾਲੀ ਸ਼ਬਦ ਜਿਹੜਾ ਉਹ ਸਮਝ ਤੋਂ ਬਾਹਰ ਹੈ। ਇਸ ਕਰਕੇ ਇਹ ਵੀ ਇਹਨਾਂ ਲਈ ਪਤਾ ਲੱਗਦਾ। ਦੂਜਿਆਂ ਨੂੰ ਕਹਿੰਦੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਹਿਣਾ ਮੰਨੋ ਅਤੇ ਆਪ ਕਹਿਣਾ ਨਹੀਂ ਮੰਨਦੇ। ਮਤਾ ਨੰਬਰ 9/2000 ਦਾ ਇਹਨਾਂ ਦੀ ਕਾਰਵਾਈ ਰਜਿਸਟਰ ਦਾ ਹਿੱਸਾ ਆ, ਜਿਹਦੇ ਵਿੱਚ ਉਹਨਾਂ ਨੇ ਕਿਹਾ, ਪ੍ਰਕਾਸ਼ ਸਿੰਘ ਬਾਦਲ ਨੇ, ਭਈ ਅਸੀਂ ਹਾਲਾਂਕਿ 1999 ਵਿੱਚ ਵਿਧਾਨ ਬਦਲ ਕੇ ਇਲੈਕਸ਼ਨ ਕਮਿਸ਼ਨ ਤੋਂ ਰਜਿਸਟਰੇਸ਼ਨ ਲੈ ਚੁੱਕੇ ਸੀ, ਉਹ ਵੀ ਗਲਤ ਸੀ। 93 ਵਿੱਚ ਵੀ ਗਲਤ ਸੀ, 96 ਵਿੱਚ ਵੀ ਗਲਤ ਸੀ, 98 ਵਿੱਚ ਵੀ ਗਲਤ ਸੀ, 2000 ਵਿੱਚ ਲਿਖਦਾ ਮਤਾ ਭਈ ਸਾਨੂੰ ਹੁਣ ਆਪਣੇ ਵਿਧਾਨ ਵਿੱਚ ਤਬਦੀਲੀ ਕਰਨੀ ਪੈਣੀ ਆ, ਕਮੇਟੀ ਬਣਾਈ ਜਾਵੇ। ਇੱਕ ਇੱਕ ਚਾਰ ਨੂੰ ਆ ਪਿਆ ਸਾਡੇ ਕੋਲ, ਇਹਨੇ ਕਮੇਟੀ ਬਣਾਈ 9 ਮੈਂਬਰਾਂ ਦੀ, ਜਿਹਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਮੈਂਬਰ ਪਾਰਲੀਮੈਂਟ, ਬਲਵਿੰਦਰ ਸਿੰਘ ਮੈਂਬਰ ਪਾਰਲੀਮੈਂਟ ਬ੍ਰਹਮਪੁਰਾ ਮੈਂਬਰ ਪਾਰਲੀਮੈਂਟ, ਔਰ ਦਲਜੀਤ ਸਿੰਘ ਚੀਮਾ, ਕਿਰਪਾਲ ਸਿੰਘ ਬਡੂੰਗਰ, ਮਨਜੀਤ ਸਿੰਘ ਕਲਕੱਤਾ ਆਦਿ ਪਾਏ। ਜਿਹਦੀ ਕਮੇਟੀ ਦੀ ਕੋਈ ਮੀਟਿੰਗ ਨਹੀਂ ਹੋਈ ਅਤੇ ਤੁਸੀਂ ਹੈਰਾਨ ਹੋ ਕਿ ਆਹ ਚਿੱਠੀ ਆ ਇਲੈਕਸ਼ਨ ਕਮਿਸ਼ਨ ਤੋਂ ਅਸੀਂ ਨਕਲ ਲਈ ਆ। ਇਹ ਚਿੱਠੀ ਵਿੱਚ ਸੁਖਵੀਰ ਸਿੰਘ ਬਾਦਲ ਜੀ 19 ਜਨਵਰੀ 2008 ਨੂੰ ਲਿਖਦੇ ਆ ਇਲੈਕਸ਼ਨ ਕਮਿਸ਼ਨ ਨੂੰ, ਭਈ ਅਸੀਂ 31 ਜਨਵਰੀ ਨੂੰ ਸ੍ਰੀ ਸਮੁੰਦਰੀ ਹਾਲ, ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਨਰਲ ਹਾਊਸ ਦੀ ਮੀਟਿੰਗ ਕਰਕੇ ਅਸੀਂ ਨਵਾਂ ਜਿਹੜਾ ਵਿਧਾਨ ਪਾਸ ਕਰ ਦਿੱਤਾ ਹੈਗਾ, ਮੈਂ ਉਹਦੀ ਕਾਪੀ ਭੇਜ ਰਿਹਾ। ਇਹਦੇ ਵਿੱਚ ਜਿਹੜੇ ਤੁਸੀਂ ਹੈਰਾਨ ਹੋਵੋਗੇ ਭਈ 25 ਜਨਵਰੀ ਨੂੰ ਤਾਂ ਪਾਸ ਹੋਇਆ, 19 ਜਨਵਰੀ ਨੂੰ ਭੇਜ ਰਿਹਾ ਇਲੈਕਸ਼ਨ ਕਮਿਸ਼ਨ। ਰਿਕਾਰਡ ਦੀ ਗੱਲ ਆ, ਅਗਰ ਕੋਈ ਟਰੂ ਅੱਛਾ ਸਹੀ ਜਿਹੜਾ ਉਹਦਾ ਕਾਪੀ ਆ ਇਲੈਕਸ਼ਨ ਕਮਿਸ਼ਨ ਦੀ ਵੇਰੀਫਾਈਡ ਆ, 31 ਜਨਵਰੀ ਨੂੰ ਪਾਸ ਹੋਇਆ ਤਾਂ 19 ਜਨਵਰੀ ਨੂੰ ਉਹ ਇਲੈਕਸ਼ਨ ਕਮਿਸ਼ਨ ਨੂੰ ਭੇਜ ਦਿਆ। ਇੱਕ ਹੋਰ ਬੜਾ ਇੰਪੋਰਟੈਂਟ ਡਾਕੂਮੈਂਟ ਆ, ਆਹ ਨੋਟੀਫਿਕੇਸ਼ਨ ਹੈ ਡਾਇਰੈਕਟੋਰੇਟ ਗੁਰਦੁਆਰਾ ਇਲੈਕਸ਼ਨ NCR ਨਿਊ ਦਿੱਲੀ। ਇਸ ਨੋਟੀਫਿਕੇਸ਼ਨ ਦੇ ਵਿੱਚ ਕਮ ਸੇ ਕਮ 3 ਦਰਜਨ ਵਾਰ ਆਇਆ ਸ਼ਬਦ ਭਈ ਜਿਨ ਵੀ ਦਿੱਲੀ ਗੁਰਦੁਆਰਾ ਇਲੈਕਸ਼ਨ ਕਮੇਟੀ ਦੀਆਂ ਇਲੈਕਸ਼ਨਾਂ ਲੜਨੀਆਂ ਰਿਲੀਜੀਅਸ ਪਾਰਟੀ ਹੀ ਲੜ ਸਕਦੀ ਹੈ, ਅਤੇ ਸ਼੍ਰੋਮਣੀ ਅਕਾਲੀ ਦਲ ਰਿਲੀਜੀਅਸ ਪਾਰਟੀ ਆ। ਜੇ ਰਿਲੀਜੀਅਸ ਪਾਰਟੀ ਹੁੰਦੀ ਤਾਂ 89 ਨੂੰ ਤਾਂ ਤੁਸੀਂ ਕਹਿ ਚੁੱਕੇ ਆ ਅਸੀਂ ਸੈਕੂਲਰ ਆ। ਹੁਣ ਤੁਸੀਂ ਉਹਦਾ ਗੁਰਦੁਆਰਿਆਂ ਦੀਆਂ ਇਲੈਕਸ਼ਨਾਂ ਇਹ ਕਹਿ ਕੇ ਝੂਠ ਬੋਲ ਕੇ, ਮਤਲਬ ਉੱਥੇ ਗੁਰਦੁਆਰਿਆਂ ਵਿੱਚ ਵੀ ਝੂਠ ਨੋਟੀਫਿਕੇਸ਼ਨ ਦੀ ਉਲੰਘਣਾ ਹੈ। ਇਹ ਦਿੱਲੀ ਵਾਲਾ ਕੋਈ ਸਿੰਘ ਇਹਨੂੰ ਚੈਲੇਂਜ ਕਰੇ ਤਾਂ ਅੰਡੂ ਹੋ ਸਕਦਾ ਵੀ ਇਹਨੇ ਉੱਥੇ ਰਿਲੀਜੀਅਸ ਪਾਰਟੀ ਬਣ ਕੇ ਗੁਰਦੁਆਰਾ ਇਲੈਕਸ਼ਨਾਂ ਵਿੱਚ ਨਹੀਂ ਹਿੱਸਾ ਲਿਆ। ਭਾਰਤ ਦੇ ਚੋਣ ਕਮਿਸ਼ਨ ਕੋ ਸੈਕੂਲਰ ਆ, ਪੰਜਾਬ ਦੇ ਗੁਰਦੁਆਰਾ ਚੋਣ ਕਮਿਸ਼ਨ ਕੋ ਰਿਲੀਜੀਅਸ ਆ, ਡਾਇਰੈਕਟੋਰੇਟ ਗੁਰਦੁਆਰਾ ਇਲੈਕਸ਼ਨ ਦਿੱਲੀ ਦੇ ਵਿੱਚ ਧਾਰਮਿਕ ਪਾਰਟੀ ਬਣ ਜਾਂਦੀ ਹੈ, ਬੈਰੂਪੀਏ ਆ, ਔਰ ਬੈਰੂਪੀਆਂ ਨੇ ਇਸ ਤਰੀਕੇ ਦੇ ਨਾਲ ਸਾਡੇ ਸਾਰ ਰਾਜਨੀਤਿਕ ਔਰ ਧਾਰਮਿਕ ਪਿੰਡ ਵਿੱਚ ਕੀ ਲੜਾਈ ਹੈ। ਹਾਂ, ਅਸੀਂ ਅਦਾਲਤ ਨੂੰ ਇਹੀ ਕਹਿੰਦੇ ਨਾ, ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ, ਪਰਚੇ ਦਰਜ ਹੋਣੇ ਚਾਹੀਦੇ ਆ, ਦੇ ਸ਼ੁੱਡ ਵੀ ਜੇਲ, ਦੇ ਸ਼ੁੱਡ ਵੀ ਕਾਨੂੰਨ ਦੇ ਮੁਤਾਬਕ ਇਹਨਾਂ 'ਤੇ ਐਕਸ਼ਨ ਕਿਉਂ ਨਹੀਂ, ਇਹ ਬੜੇ ਆ ਇਸ ਕਰਕੇ ਬਚੇ ਹੋਏ ਆ। ਸੋਸ਼ਲਿਸਟ ਪਾਰਟੀ ਵਾਲਿਆਂ ਦਾ ਥਈ ਆਇਆ ਵੀ ਇਹਨਾਂ ਨੂੰ ਜੇਲ੍ਹ ਵਿੱਚ ਭਜਵਾ ਕੇ ਹੀ ਚੁਟਾਲੇ ਵਾਂਗੂ
ਪ੍ਰਕਾਸ਼ ਸਿੰਘ ਬਾਦਲ ਨੂੰ ਦਮਨ ਅਸੀਂ ਲਵਾਂਗੇ। ਖਹਿਰਾ ਸਾਹਿਬ, ਤੁਸੀਂ ਇਹਦੇ ਵਿੱਚ ਲਿਖਿਆ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਸੰਵਿਧਾਨ ਦਿੱਤਾ ਆ ਉਹ ਜਾਲੀ ਹੈ, ਜਿਹੜਾ ਉਹਨਾਂ ਨੇ ਦੂਜੇ ਜਿਸ ਸੰਵਿਧਾਨ ਦੇ ਉੱਤੇ ਐਸ ਜੀ ਪੀ ਸੀ ਦੀ ਲੜਾਈ ਲੜੀ ਹੈ, ਇਲੈਕਸ਼ਨ ਲੜੀ ਹੈ, ਜਾਂ ਦਿੱਲੀ ਡੀ ਜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੜਾਈ ਕੀਤੀ ਉਹਨਾਂ ਨੇ, ਉਹ ਠੀਕ ਹੈ ਸੰਵਿਧਾਨ? ਨਹੀਂ, ਸੰਵਿਧਾਨ ਦੇ ਦੋਨੋਂ ਬੰਨੇ, ਇਹ ਇਹਨਾਂ ਨੂੰ ਵੀ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਦਿੱਲੀ ਅਤੇ ਪੰਜਾਬ ਵਾਲਿਆਂ ਨੂੰ ਇਹਨਾਂ ਨੇ ਅਸਲੀ ਸੰਵਿਧਾਨ ਜਿਹੜੀ ਆ ਫੋਟੋ ਤੁਹਾਨੂੰ ਦਿਖਾਈ ਆ ਉਹ ਦਿੰਦੇ ਆ, ਠੀਕ ਹੈ। ਦੂਸਰੇ ਬੰਨੇ ਇਹਨਾਂ ਨੇ ਸੰਵਿਧਾਨ 'ਚ ਚੇਂਜ ਕੀਤੇ ਬਿਨਾਂ ਹੀ ਉੱਦਾਂ ਹੀ ਲਿਖ ਦਿੱਤਾ ਸੈਕੂਲਰ ਹੋ ਗਏ ਹਾਂ। ਔਰ ਤੁਹਾਨੂੰ ਮੈਂ ਚਿੱਠੀ ਵਿਖਾਈ ਹੈ ਕਿ 2008 ਵਿੱਚ ਉਹ ਕਹਿ ਰਿਹਾ ਅਸੀਂ ਭੇਜ ਰਹੇ ਹਾਂ, 1999 ਤੋਂ ਲੈ ਕੇ 2008 ਤੱਕ ਇਹਨਾਂ ਦਾ ਕੋਈ ਵਿਧਾਨ ਨਹੀਂ ਸੀ। ਐਟ ਏ ਟਾਈਮ ਦੇ ਰਹੇ ਟੂ ਕੰਸਟੀਟਿਊਸ਼ਨਸ, ਔਰ ਜਿਹੜੇ ਕਿ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੇ। ਔਰ ਇਹ ਵੀ ਮੈਂ ਦੇਖੋ, ਹੁਣ ਤੁਸੀਂ ਗੱਲ ਸੁਣਦੇ ਹੋ ਭਈ ਪਹਿਲੇ ਸੰਵਿਧਾਨ ਅਸਲੀ ਸੰਵਿਧਾਨ ਔਰ ਜਿਹੜਾ ਅੰਗਰੇਜ਼ੀ ਵਿੱਚ ਇਹਨਾਂ ਨੇ ਸੰਵਿਧਾਨ ਨਕਲੀ ਬਣਾਇਆ, ਨਕਲੀ ਕਹੂੰਗਾ ਮੈਂ ਉਹਨੂੰ, ਇੱਕ ਲਫ਼ਜ਼ ਨਹੀਂ ਸਾਂਝਾ, ਕੋਈ ਚੀਜ਼ ਇੱਕ ਦੂਜੇ ਨਾਲ ਨਹੀਂ ਮਿਲਦੀ, ਟੋਟਲੀ ਡਿਫਰੈਂਟ। ਇੱਕ ਤਾਂ ਹੁੰਦਾ ਨਾ ਜੀ ਚਾਰ ਲਾਈਨਾਂ ਉੱਧਰੋਂ ਲੈ ਲਈਆਂ, 10 ਉੱਧਰੋਂ ਰਲ ਮਿਲਾ ਕੇ ਬਣਾ ਦਿੱਤਾ। ਜਿਹੜਾ 1974 ਵਾਲਾ ਸੰਵਿਧਾਨ ਹੈ ਉਹਦੀ ਕੋਈ ਝੂਠ ਵੀ ਆ, ਤੁਹਾਡਾ ਜਿਹੜਾ ਇਹਨਾਂ ਦਾ ਅੰਗਰੇਜ਼ੀ ਵਾਲਾ ਵਿਧਾਨ ਮੇਰੇ ਕੋਲ ਆਉਂਦੇ ਆ ਉਹ ਵੀ ਵੇਖ ਸਕਦੇ ਤੁਸੀਂ। ਇਹ ਡਰਾਫਟ ਕੰਸਟੀਟਿਊਸ਼ਨ ਸੀ ਉਦੋਂ ਆਹ ਵਾਲਾ ਅੰਗਰੇਜ਼ੀ ਵਾਲਾ 2008 ਵਿੱਚ ਜਿਹੜਾ ਭੇਜਿਆ, ਕੋਈ ਚੀਜ਼ ਤਾਂ ਹੋਵੇ ਵੀ ਅਮੈਂਡਮੈਂਟ ਹੁੰਦੀ, ਇੱਕ ਲੈਨ ਬਦਲ ਲਈ, ਪਹਿਰਾ ਬਦਲ ਦਿੱਤਾ। ਔਰ ਬਗੈਰ ਜਨਰਲ ਹਾਊਸ ਦਾ ਮੈਂ ਕਹਿੰਦਾ, ਹਾਲੇ ਵੀ ਕਹਿੰਦਾ ਵੀ ਜਨਰਲ ਹਾਊਸ ਤੋਂ ਪੁੱਛੇ ਬਿਨਾਂ ਹੀ ਇਹ 20 ਸਾਲ ਕੰਮ ਕਰਦੇ ਰਹੇ।